आइंस्टाइन के बारे च। तुसी जानते हो कि आइंस्टाइन जिहड़ा है पिछली सदी का सब तो वड्डा साइंसदान सी और सब तो मशहूर साइंसदान सी। लेकिन क्या तुहानू इह पता है कि आइंस्टाइन एडा वड्डा साइंसदान होने के बावजूद वह भी गलतियां करता सी। अज असी उहदी गलती की गल करांगे भी आइंस्टाइन भी एक दफा गलत सीगा और किसी होर साइंसदान ने उहदी तसीह कीती सी। ਇਹ 20ਵੀਂ ਸਦੀ ਦੀ ਜਿਹੜੀ ਦੂਸਰੀ ਦਹਾਈ ਆ ਉਦੋਂ ਦਾ ਵਾਕਿਆ ਹੈ ਕਿ ਆਇਨਸਟਾਈਨ ਜਿਹੜਾ ਹੈ ਮੂਮੀ ਨਜ਼ਰੀਆ ਇਜ਼ਾਫੀਅਤ ਜਿਹਨੂੰ ਅਸੀਂ ਅੰਗਰੇਜ਼ੀ ਵਿੱਚ ਜਨਰਲ ਥਿਊਰੀ ਆਫ ਰੈਲੇਟਿਵਿਟੀ ਆਖਦੇ ਹਾਂ ਉਹਦੇ ਉੱਤੇ ਕੰਮ ਕਰ ਰਿਹਾ ਸੀਗਾ ਅਤੇ ਉਹਨੇ ਜਿਹੜੀ ਗ੍ਰੈਵਿਟੀ ਹੈਗੀ ਆ ਉਹਦੀ ਇੱਕ ਨਵੀਂ ਰਿਆਜ਼ਿਆਤੀ ਸਮਝ ਲਓ ਵੀ ਡਿਸਕ੍ਰਿਪਸ਼ਨ ਦਿੱਤੀ ਜਾਂ ਉਹਦੀ ਵਜ਼ਾਹਤ ਨਵੀਂ ਪੇਸ਼ ਕੀਤੀ ਜਿਹੜੀ ਕਿ ਆਸ ਇਹਦੇ ਤਹਿਤ ਉਹਨੇ ਜਦੋਂ ਇਹਨੂੰ ਲਾਗੂ ਕੀਤਾ ਮੁਖਤਲਿਫ ਜਿਹੜੇ ਅਵਾਮਲ ਨੇ ਫਿਨੋਮੀਨਾਸ ਨੇ ਅਤੇ ਉਹਨੇ ਇਹਨਾਂ ਦੀਆਂ ਦਰੁਸਤ ਪੇਸ਼ਨਗੋਈਆਂ ਕੀਤੀਆਂ। ਮਿਸਾਲ ਦੇ ਤੌਰ 'ਤੇ ਜਿਹੜੀਆਂ ਉਹਨੇ ਦਰੁਸਤ ਪੇਸ਼ਨਗੋਈਆਂ ਕੀਤੀਆਂ ਉਹ ਕਿਹੜੀਆਂ ਕਿਹੜੀਆਂ ਸੀਗੀਆਂ? ਇੱਕ ਤਾਂ ਉਹਨੇ ਪਹਿਲੇ ਨੰਬਰ 'ਤੇ ਗ੍ਰੈਵੀਟੇਸ਼ਨ ਦਾ ਜਿਹੜਾ ਕਾਨੂੰਨ ਆ ਉਹਦੀ ਉਹਨੇ ਤਸਦੀਕ ਕੀਤੀ ਕਿ ਜਿਹੜੀ ਉਹਦੀ ਪੁਰਾਣੀ ਡਿਸਕ੍ਰਿਪਸ਼ਨ ਸੀ ਉਹਦੇ ਨਾਲ ਉਹਦੀ ਨਵੀਂ ਡਿਸਕ੍ਰਿਪਸ਼ਨ ਮੈਚ ਕੀਤੀ। ਫਿਰ ਉਸ ਤੋਂ ਬਾਅਦ ਉਹਨੇ ਇਹ ਪੇਸ਼ਨਗੋਈ ਕੀਤੀ ਕਿ ਜਦੋਂ ਰੋਸ਼ਨੀ ਜਿਹੜੀ ਆ ਕਿਸੇ ਸਿਆਰੇ ਦੇ ਕਰੀਬ ਤੋਂ ਗੁਜ਼ਰੇਗੀ ਵੱਡੋ ਗ੍ਰਹਿ ਬਹੁਤ ਵੱਡਾ ਹੋਏਗਾ ਤੇ ਉਹ ਉਹਦੇ ਨਾਲ ਝੁਕੇਗੀ। ਇਹ ਵੀ ਪੇਸ਼ਨਗੋਈ ਦਰੁਸਤ ਸਾਬਤ ਹੋਈ। ਤੀਜੇ ਨੰਬਰ 'ਤੇ ਉਹਨੇ ਗੱਲ ਕੀਤੀ ਕਿ ਜਿਹੜੇ ਵੱਡੇ ਵੱਡੇ ਸਿਆਰੇ ਹੈਗੇ ਆ ਜਿਹਨਾਂ 'ਚੋਂ ਰੋਸ਼ਨੀ ਨਿਕਲ ਰਹੀ ਆ ਉਹ ਰੋਸ਼ਨੀ ਨਿਕਲਣ ਤੋਂ ਬਾਅਦ ਜਦੋਂ ਅੱਗੇ ਵੱਧਦੀ ਆ ਤੇ ਉਹ 'ਚ ਰੈੱਡ ਸ਼ਿਫਟ ਆਏਗਾ। ਇਹ ਪੇਸ਼ਨਗੋਈ ਵੀ ਦਰੁਸਤ ਸਾਬਤ ਹੋਈ। ਚੌਥੇ ਨੰਬਰ 'ਤੇ ਜਿਹੜੀ ਉਹਨੇ ਪੇਸ਼ਨਗੋਈ ਕੀਤੀ ਸੀ ਉਹ ਇਹ ਸੀ ਵੀ ਜਿਹੜੀ ਖਾਲੀ ਜਗ੍ਹਾ ਹੈਗੀਆਂ ਨੇ ਉੱਥੇ ਗ੍ਰੈਵੀਟੇਸ਼ਨ ਵੇਵ ਜਿਹੜੀਆਂ ਉਹ ਪੈਦਾ ਵੀ ਹੋਣਗੀਆਂ ਅਤੇ ਉੱਥੋਂ ਗੁਜ਼ਰਨਗੀਆਂ। ਇਹ ਵੀ ਸਾਨੂੰ ਪਤਾ ਹੈ ਕਿ ਸਾਲ ਦੋ ਸਾਲ ਪਹਿਲੇ ਗ੍ਰੈਵੀਟੇਸ਼ਨ ਵੇਵ ਜਿਹੜੀਆਂ ਉਹ ਵੀ ਦਰਿਆਫਤ ਹੋ ਗਈਆਂ ਸੀਗੀਆਂ। ਔਰ ਇਸ ਤੋਂ ਇਲਾਵਾ ਉਹਨੇ ਪੰਜਵੇਂ ਨੰਬਰ 'ਤੇ ਉਹਨੇ ਮਰਕਰੀ ਜਿਹੜਾ ਆਰਬਿਟ ਆ ਉਹਦੇ ਵਿੱਚ ਵੀ ਉਹਨੇ ਇਹ ਆਪਣੀ ਜਿਹੜੀ ਰਿਆਜ਼ਿਆਤੀ ਮਸਾਵਤਾਂ ਜਿਹੜੀਆਂ ਉਹਨੂੰ ਇਸਤੇਮਾਲ ਕੀਤਾ ਸੀ ਲਾਗੂ ਕੀਤਾ ਸੀ ਅਤੇ ਉਹਨਾਂ ਦੀ ਵੀ ਉਹਨੇ ਦਰੁਸਤ ਵਜ਼ਾਹਤ ਕੀਤੀ ਸੀ। ਲੇਕਿਨ ਦੋਸਤੋ ਜਦੋਂ ਉਹਨੇ ਇੱਕ 6ਵੀਂ ਪੇਸ਼ਨਗੋਈ ਕੀਤੀ ਉਹ ਇਹ ਸੀ ਵੀ ਕਾਇਨਾਤ ਜਿਹੜੀ ਆ ਉਹ ਸਾਕਨ ਫੈਲ ਨਹੀਂ ਰਹੀ। ਇਹ ਪੇਸ਼ਨਗੋਈ ਜਿਹੜੀ ਸੀ ਉਹਦੀ ਆਇਨਸਟਾਈਨ ਦੀ ਗਲਤ ਸੀ। ਆਇਨਸਟਾਈਨ ਨੇ ਜਦੋਂ ਆਪਣੀ ਰਿਆਜ਼ਿਆਤੀ ਮਸਾਵਤਾਂ ਬਣਾਈਆਂ ਤੇ ਉਹਦੇ ਵਿੱਚ ਉਹਨੇ ਜਿਹੜਾ ਨਤੀਜਾ ਕੱਢਿਆ ਸੀ ਉਹ ਆ ਸੀਗਾ, ਇਹ ਗਲਤ ਨਤੀਜਾ ਸੀਗਾ ਜਿਹਦੇ ਤਹਿਤ ਉਹਨੇ ਸਬਰ ਕੀਤਾ ਕਿ ਕਾਇਨਾਤ ਜਿਹੜੀ ਉਹ ਫੈਲ ਨਹੀਂ ਰਹੀ। ਫਿਰ ਚੰਦ ਸਾਲਾਂ ਬਾਅਦ ਰੂਸ ਦਾ ਇੱਕ ਹੋਰ ਸਾਇੰਸਦਾਨ ਉਹਨੇ ਵੀ ਇਸੇ ਮੌਜੂਦ ਉੱਤੇ ਕੰਮ ਕੀਤਾ ਅਤੇ ਜਦੋਂ ਉਹਨੇ ਆਪਣੀਆਂ ਕੈਲਕੂਲੇਸ਼ਨਾਂ ਕੀਤੀਆਂ ਉਹਨੇ ਆਪਣਾ ਹਿਸਾਬ ਕਿਤਾਬ ਕੀਤਾ ਅਤੇ ਉਹ ਇਸ ਨਤੀਜੇ 'ਤੇ ਪਹੁੰਚਿਆ, ਯਾਨੀ ਇਹ ਮਸਾਵਾਦ ਉਹਨੇ ਕੱਢੀ ਜਿਹੜੀ ਕਿ ਦਰੁਸਤ ਸੀਗੀ। ਇਸ ਮਸਾਵਾਦ ਦੇ ਤਹਿਤ 3 ਸੂਰਤਾਂ ਹੋ ਸਕਦੀਆਂ, ਜਾਂ ਤਾਂ ਕਾਇਨਾਤ ਸਾਕਨ ਹੋਵੇ ਜਿੱਦਾਂ ਕਿ ਆਇਨਸਟਾਈਨ ਕਹਿੰਦਾ ਸੀਗਾ, ਜਾਂ ਫਿਰ ਉਹ ਫੈਲ ਰਹੀ ਹੋਏਗੀ ਜਾਂ ਫਿਰ ਉਹ ਸੁਕੜ ਰਹੀ ਹੋਏਗੀ। ਜਦੋਂ ਉਹਨੇ ਆਪਣਾ ਇਹ ਕੰਮ ਜਿਹੜਾ ਵਾ ਪਰਚੇ ਦੇ ਵਿੱਚ ਛਾਪਿਆ ਅਤੇ ਆਇਨਸਟਾਈਨ ਨੂੰ ਜਦੋਂ ਇਹਦੀ ਖਬਰ ਹੋਈ ਤਾਂ ਉਹ ਬੜਾ ਮਯੂਸ ਹੋਇਆ। ਉਹਨੇ ਬਕਾਇਦਾ ਇਹਦੀ ਤਰਦੀਦ ਕੀਤੀ, ਉਹਨੇ ਫਿਰ ਆਪਣਾ ਉਹੀ ਪੁਰਾਣਾ ਜਿਹੜਾ ਕੁਲੀਆ ਸੀਗਾ ਉਹਤੇ ਹੀ ਉਹਨੇ ਇਨਸਾਰ ਕੀਤਾ। ਉਹਨੇ ਕਿਹਾ ਨਹੀਂ, ਇਹ ਨਵਾਂ ਕੁਲੀਆ ਗਲਤ ਹੈ, ਇਹ ਕੁਲੀਆ ਸਹੀ ਹੈ ਔਰ ਕਾਇਨਾਤ ਫੈਲ ਨਹੀਂ ਰਹੀ। ਫਿਰ ਜਿਹੜਾ ਫਰੀਡਮੈਨ ਸੀ ਇਹਨੇ ਉਹਨੂੰ ਖਤ ਲਿਖਿਆ, ਖਤ ਲਿਖ ਕੇ ਇਹਨੇ ਉਹਨੂੰ ਆਖਿਆ ਕਿ ਯਾਦ ਹੈ ਮੇਰੀ ਜਿਹੜੇ ਨਤਾਇਜ ਨੇ ਉਹਨੂੰ ਦਰੁਸਤ ਮੰਨੋ ਵਰਨਾ ਮੇਰੀ ਗਲਤੀ ਕਰ ਦੋ। ਪਰ ਆਇਨਸਟਾਈਨ ਨੇ ਗੌਰ ਕੀਤੀ ਔਰ ਗੌਰ ਕਰਨ ਤੋਂ ਬਾਅਦ ਉਹ ਇਸ ਨਤੀਜੇ 'ਤੇ ਨਿਕਲਿਆ ਪਹੁੰਚਿਆ ਕਿ ਵਾਕਈ ਉਹ ਗਲਤੀ ਕਰ ਚੁੱਕਿਆ ਵਾ ਔਰ ਕਾਇਨਾਤ ਫੈਲ ਵੀ ਸਕਦੀ ਆ, ਸੁਕੜ ਵੀ ਸਕਦੀ ਆ, ਜਿਹੜਾ ਕਿਸਾਨ ਬਾਅਦ 'ਚ ਪਤਾ ਲੱਗਾ ਕਿ ਕਾਇਨਾਤ ਫੈਲ ਰਹੀ ਆ। ਦੋਸਤੋ ਇਹ ਉਹ ਵੇਲਾ ਸੀ ਜਦੋਂ ਆਇਨਸਟਾਈਨ ਗਲਤੀ 'ਤੇ ਸੀਗਾ ਔਰ ਉਹਨੇ ਆਪਣੀ ਗਲਤੀ ਠੀਕ ਕੀਤੀ। ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਗਲਤੀ ਆਇਨਸਟਾਈਨ ਨੂੰ ਕਿਵੇਂ ਹੋ ਗਈ, ਐਡਾ ਵੱਡਾ ਸਾਇੰਸਦਾਨ ਸੀ। ਇਹਦੇ ਦੋ ਵਜੂਹਾਂ ਹੋ ਸਕਦੀਆਂ, ਇੱਕ ਤਾਂ ਇਹ ਆ ਵੀ ਜਿਹੜਾ ਐਲਜਬਰਾ ਹੈਗਾ ਇਹ ਕਾਫੀ ਮੁਸ਼ਕਲ ਹੈਗਾ, ਇਹ ਵੀ ਇੱਕ ਆਮ ਬੰਦੇ ਦੇ ਕੰਮ ਵਾਸਾ ਰੋਗ ਨਹੀਂ ਹੈਗਾ, ਇੱਕ ਤਾਂ ਇਹ ਵੀ ਮਤਲਬ ਵਜ੍ਹਾ ਹੈਗੀ ਹੈ। ਦੂਸਰੇ ਨੰਬਰ 'ਤੇ ਇਹ ਆ ਕਿ ਹਰ ਸਾਇੰਸਦਾਨ ਜਿਹੜਾ ਨਾ ਉਹਦੀ ਆਪਣੀ ਕੋਈ ਨਾ ਕੋਈ ਜ਼ਾਤੀ ਪਸੰਦ ਨਾਪਸੰਦ ਹੁੰਦੀ ਹੈ। ਉਹ ਉਸ ਦੌਰ ਦੇ ਵਿੱਚ ਜਦੋਂ ਆਇਨਸਟਾਈਨ ਨੇ ਕੰਮ ਕੀਤਾ ਸੀ ਉਦੋਂ ਪੂਰੀ ਦੁਨੀਆਂ 'ਤੇ ਇਹੀ ਤਸੱਵਰ ਸੀਗਾ ਵੀ ਕਾਇਨਾਤ ਫੈਲਦੀ ਨਹੀਂ, ਕਾਇਨਾਤ ਸਾਕਨ ਹੈ। ਲਿਹਾਜ਼ਾ ਆਇਨਸਟਾਈਨ ਨੇ ਵੀ ਇਹੀ ਗੱਲ ਮੰਨੀ, ਕਾਇਨਾਤ ਫੈਲ ਸਕਦੀ ਨਹੀਂ। ਲੇਕਿਨ ਹਕੀਕਤ ਇਸ ਤਰ੍ਹਾਂ ਨਹੀਂ ਸੀਗੀ, ਲਿਹਾਜ਼ਾ ਫਰੀਡਮੈਨ ਜਿਹੜਾ ਸੀ ਉਹਨੇ ਆਇਨਸਟਾਈਨ ਨੂੰ
ਦਰੁਸਤ ਕੀਤਾ ਔਰ ਆਇਨਸਟਾਈਨ ਨੇ ਫਿਰ ਆਪਣੀ ਤਸਦੀਕ ਕਰਕੇ ਨਵਾਂ ਪਰਚਾ ਛਾਪਿਆ ਔਰ ਆਪਣੀ ਗਲਤੀ ਨੂੰ ਤਸਦੀਕ ਕੀਤਾ। ਤੋ ਦੋਸਤੋ ਇਹ ਸੀ ਮੇਰੀ ਅੱਜ ਦੀ ਵੀਡੀਓ ਦਾ ਮੌਜੂ ਕਿ ਜਦੋਂ ਆਇਨਸਟਾਈਨ ਜਿਹੜਾ ਸੀ ਉਹ ਗਲਤ ਸੀਗਾ।